ਔਰ ਮਾਸ਼ਾਅੱਲਾ ਟੈਂਕੀ ਦੀ ਬਹੁਤ ਹੀ ਜ਼ਿਆਦਾ ਖੁਸ਼ੀ ਹੈਗੀ ਬੇਗਮ ਸਾਹਿਬਾ ਨੂੰ, ਬਹੁਤ ਹੀ ਜ਼ਿਆਦਾ ਮਾਸ਼ਾਅੱਲਾ। ਬਾਰਿਸ਼ ਕਾਫੀ ਸਪੀਡ ਨਾਲ ਨਾ ਹੋ ਰਹੀ ਹੈਗੀ ਔਰ ਕਿਸੇ ਦੀ ਸ਼ਾਦੀ ਵੀ ਹੈਗੀ ਇੱਥੇ ਨਾ, ਉਹ ਵਾਲੀ ਨਾ ਗੱਡੀ ਜਾ ਰਹੀ ਹੈਗੀ, ਬੜੀ ਹੀ ਖੂਬਸੂਰਤ ਹੈਗੀ ਸੀ ਮਾਸ਼ਾਅੱਲਾ। ਔਰ ਇਹ ਵਾਲਾ ਪੱਖਾ ਕਿਹੜਾ ਹੈਗਾ ਨਾ, ਉਹ ਵਾਲੀ ਵੀ ਨਾ ਨਾਲੀਆਂ ਵੀ ਨਾ ਛੋਟੀਆਂ ਕਰਾ ਕੇ ਵੱਡੀਆਂ ਕਰਾ ਕੇ ਨਾ ਥੱਲੇ ਕਰਾ ਲਿਆ ਹੈਗਾ, ਔਰ ਉਤਲਾ ਵੀ ਨਾ ਜਾ ਕੇ ਕਰਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ ਮੇਰੇ ਤਮਾਮ ਭੈਣਾਂ ਭਾਈ, ਉਮੀਦ ਕਰਨਾ ਠੀਕ ਠਾਕ ਹੋ, ਜਿੱਥੇ ਰਹੋ ਹੱਸਦੇ ਅਤੇ ਮੁਸਕਰਾਉਂਦੇ ਰਹੋ। ਸਾਡੀਆਂ ਦੋ ਦੋ ਨਾਲ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ, ਖੁਸ਼ ਅਤੇ ਆਬਾਦ ਰੱਖੇ। ਅੱਲਾ ਪਾਕ ਕਿਸੇ ਚੀਜ਼ ਦੀ ਨਹੀਂ ਥੋੜ ਦੇਵੇ, ਅੱਲਾ ਪਾਕ ਤੁਹਾਡਾ ਕਾਰੋਬਾਰ ਵਰਤਾ ਪਾਵੇ, ਜਿਹੜੇ ਬਿਮਾਰ ਨੇ ਅੱਲਾ ਪਾਕ ਉਹਨਾਂ ਸ਼ਫਾ ਅਤਾ ਫਰਮਾਵੇ, ਜਿਹੜੇ ਕੋਲ ਔਲਾਦ ਨਹੀਂ ਅੱਲਾ ਪਾਕ ਉਹਨਾਂ ਔਲਾਦ ਦੇਵੇ। ਸੋਹਣਾ ਮਾਲਕ ਸਾਰਿਆਂ ਦੀ ਰਹਿਮਤ ਕਰੇ, ਹਰ ਦਾ ਭਲਾ ਕਰੇ ਅਤੇ ਹਰ ਦੀ ਖੈਰ ਕਰੇ। ਹੋਰ ਸਾਰਿਆਂ ਭਾਈਆਂ ਭੈਣਾਂ ਨੂੰ ਜੁਮਾ ਮੁਬਾਰਕ। ਔਰ ਮੈਂ ਵੀ ਸੁਬਹਾ ਸੁਬਹਾ ਉੱਠਿਆ ਹੈਗਾ ਔਰ ਸਾਰਾ ਘਰ ਦਾ ਕੰਮ ਕੀਤਾ ਹੈਗਾ, ਤਾਂ ਔਰ ਬੇਗਮ ਸਾਹਿਬਾਂ ਤਾਂ ਬਹੁਤ ਹੀ ਜ਼ਿਆਦਾ ਸੁਬਹਾ ਉੱਠ ਜਾਂਦੀ ਹੈਗੀ, ਫਿਰ ਬੱਚਿਆਂ ਨੂੰ ਨਾ ਨਾਸ਼ਤਾ ਬਣਾ ਕੇ ਅਤੇ ਸਕੂਲ ਭੇਜਣਾ ਹੁੰਦਾ ਹੈਗਾ। ਅਤੇ ਔਰ ਅਸੀਂ ਅੱਜ ਮੀਆਂ ਬੀਵੀ ਦੋਵੇਂ ਹੀ ਨਾ ਬਹਿ ਕੇ ਇੱਥੇ ਨਾ ਖਾਣ ਨਾਸ਼ਤਾ ਕਰਨ ਲੱਗੇ ਹਾਂ। ਨਾਸ਼ਤਾ ਕਰਕੇ ਤਾਂ ਉਸ ਤੋਂ ਬਾਅਦ ਇਹ 'ਚ ਭਾਈਆਂ ਭੈਣਾਂ ਵਾਸਤੇ ਸਰਪ੍ਰਾਈਜ਼ ਵੀ ਹੈਗਾ, ਕਿਉਂਕਿ ਅੱਲਾ ਪਾਕ ਦੇ ਨੇਕ ਬੰਦੇ ਨੇ ਨਾ ਸਾਡੇ ਵਾਸਤੇ ਉਹ ਸਰਪ੍ਰਾਈਜ਼ ਭੇਜਿਆ ਸੀ। ਅਤੇ ਔਰ ਉਹ ਵਾਲਾ ਵੀ ਨਾ ਤੁਹਾਨੂੰ ਭਾਈਆਂ ਭੈਣਾਂ ਦਿਖਾਵਾਂਗੇ, ਕਿਉਂਕਿ ਬੇਗਮ ਸਾਹਿਬਾਂ ਪਰੇਸ਼ਾਨੀ ਰਹਿੰਦੀ ਸੀ, ਬੱਤੀ ਚਲੀ ਜਾਂਦੀ ਸੀ ਨਾ ਉਹਦੀ ਵਜ੍ਹਾ ਤੋਂ ਕਾਫੀ ਸਾਰੀ ਨਾ ਪਰੇਸ਼ਾਨੀ। ਸਰਪ੍ਰਾਈਜ਼ ਤਾਂ ਤੁਹਾਨੂੰ ਸਮਝ ਥੋੜ੍ਹਾ ਜਿਹਾ ਆ ਗਿਆ ਹੋਵੇਗਾ ਭੈਣਾਂ ਭਾਈਆਂ ਨੂੰ, ਅਤੇ ਮਜ਼ੀਦ ਜਾ ਕੇ ਨਾ ਭਾਈਆਂ ਭੈਣਾਂ ਨੂੰ ਉਹ ਵੀ ਸ਼ੇਅਰ ਕਰਾਂਗੇ। ਅਤੇ ਔਰ ਸੀਮੈਂਟ ਦੀਆਂ 20 ਬੋਰੀਆਂ ਲੈ ਕੇ ਆਵਾਂਗੇ, ਕਿਉਂਕਿ ਨਾ ਇਹ ਵਾਲਾ ਨਾ ਕਿਹੜਾ ਹੈਗਾ ਨਾ ਸਾਹਮਣੇ ਵਾਲਾ ਸ਼ੇਡ ਕਿਹੜਾ ਹੈਗਾ ਨਾ, ਇਹ ਵਾਲਾ ਵੀ ਨਾ ਸਾਰਾ ਇਨਸ਼ਾ ਅੱਲਾ ਤਾਲਾ ਅਸੀਂ ਨਾ ਪਲਸਤਰ ਕਰਾਉਣ ਲੱਗੇ ਹਾਂ ਨਾਲ, ਕਿਉਂਕਿ ਅੰਦਰਲੀ ਸਾਈਡ ਰਹਿ ਗਈ ਉਹ ਵਾਲੀ ਵੀ ਹੋ ਜਾਵੇਗੀ। ਅੱਜ ਤਾਂ ਫਿਰ ਜੁਮਾ ਹੈਗਾ, ਹਾਂਜੀ ਬਿਲਕੁਲ, ਥੋੜ੍ਹੀ ਜਿਹੀ ਤਰੀਕੇ ਅੱਲਾ ਪਾਕ ਨੇ ਹਿੰਮਤ ਦਿੱਤੀ ਹੈ, ਸੋਹਣਾ ਮਾਲਿਕ ਆਸਤਾ ਆਸਤਾ ਹਿੰਮਤ ਦਿੰਦਾ ਜਾਵੇਗਾ ਤਾਂ ਸਾਰਾ ਇਨਸ਼ਾ ਅੱਲਾ ਤਾਲਾ ਨਾ, ਹਾਂਜੀ। ਔਰ ਇਹ ਵਾਲਾ ਵੀ ਨਾ ਕਾਫੀ ਸਾਰਾ ਨਾ ਹੁਣ ਬੜਾ ਹੀ ਖੂਬਸੂਰਤ ਪਿਆਰਾ ਮਾਹੌਲ ਬਣ ਜਾਣਾ ਹੈਗਾ, ਕਿਉਂਕਿ ਉਹਨੂੰ ਪਲਸਤਰ ਵਗੈਰਾ ਹੋ ਜਾਵੇਗਾ ਨਾ। ਔਰ ਬੇਗਮ ਸਾਹਿਬਾ ਨਾ ਬਹੁਤ ਸਾਰੀ ਨਾ ਖੁਸ਼ ਨਜ਼ਰ ਆਉਂਦੀ ਹੈਗੀ, ਕਿਉਂਕਿ ਨਾ ਆਸਤ ਤਾਂ ਫਿਰ ਘਰ ਹੈਗਾ ਨਾ, ਜਿੰਦਾ ਵੀ ਘਰ ਬਣੇ ਨਾ ਅਤੇ ਖੂਬਸੂਰਤ ਬਣੇ ਤਾਂ ਸਾਰੇ ਹੀ ਨਾ ਖੁਸ਼ ਹੁੰਦੇ ਹੈਗੇ। ਅਤੇ ਆਸਤਾ ਆਸਤਾ ਅੱਲਾ ਹਿੰਮਤ ਦੇਵੇਗਾ ਤਾਂ ਸਭ ਤੋਂ ਪਹਿਲਾਂ ਨਾ ਦਰਵਾਜ਼ੇ ਦੀ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਬੇਗਮ ਸਾਹਿਬਾ ਰੱਖਦੀ ਹੈਗੀ, ਕਿਉਂਕਿ ਸਾਡੇ ਕੋਲ ਤਾਂ ਹਾਲਾਤ ਬਹੁਤ ਜ਼ਿਆਦਾ ਨਾ ਮਾੜੇ ਹੈਗੇ, ਅਤੇ ਕਿਉਂਕਿ ਨਾ ਕੋਈ ਚੋਰ ਵਗੈਰਾ ਨਾ ਆ ਜਾਵੇ। ਹਾਂਜੀ, ਕਿਉਂਕਿ ਨਾ ਕਾਫੀ ਸਾਰੀ ਇੱਥੇ ਨਾ ਸਾਡੇ ਕੋਲ ਚੋਰੀਆਂ ਵਗੈਰਾ ਨਾ ਹੁੰਦੀਆਂ ਹੈਗੀਆਂ ਸਾਡੇ ਪਿੰਡਾਂ ਥਾਵਾਂ 'ਤੇ ਨਾ, ਵੀ ਲੋਕਾਂ ਦੀਆਂ ਮੱਝਾਂ ਮੁੱਝਾਂ ਨਾ ਛੱਡ ਕੇ ਚਲੇ ਜਾਂਦੇ ਹੈਗੇ ਰਾਤ ਨੂੰ, ਕਿਸੇ ਲੋਕ ਸਹਿ ਜਾਂਦੇ, ਤਾਂ ਕਰਕੇ ਨਾ ਡਰ ਲੱਗਦਾ ਰਹਿੰਦਾ ਹੈਗਾ। ਪਰ ਸਾਡੇ ਕੋਲ ਤਾਂ ਕੋਈ ਮੱਝ ਮੁੱਝ ਨਹੀਂ ਹੈਗੀ, ਡੇਲੇ ਖੁਆਇਸ਼ ਤਾਂ ਕਾਫੀ ਸਾਰੀ ਹੈ। ਅੱਲਾ ਹਿੰਮਤ ਦੇਵੇਗਾ ਨਾ ਜਿੱਦਣ ਖੁਸ਼ਹਾਲੀ ਦੇ ਦਿਨ ਆਵਣਗੇ ਤਾਂ ਅਸੀਂ ਵੀ ਆਪਣੇ ਵਾਸਤੇ ਮੱਝ ਇੱਕ ਰੱਖਾਂਗੇ, ਕਿਹੜਾ ਦੁੱਧ ਹੈ ਬਿਲਕੁਲ ਨਾ ਅੱਧਾ ਕਿਲੋ ਲੈਂਦੇ ਹਾਂ ਸ਼ਾਮ ਨੂੰ, ਉਹੀ ਉਹਦੇ ਵਿੱਚ ਹੀ ਸੁਬਹਾ ਹੀ ਪਕਾਉਂਦੇ ਹਾਂ ਅਤੇ ਸ਼ਾਮ ਨੂੰ ਵੀ ਪਕਾਉਂਦੇ ਹਾਂ ਅਤੇ ਰਾਤ ਨੂੰ ਵੀ ਪਕਾਉਂਦੇ ਹਾਂ, ਅਤੇ ਉਹਦੇ ਨਾਲ ਹੀ ਨਾਸ਼ਤਾ ਅਸਾਂ ਕਰਨਾ ਹੁੰਦਾ। ਜੀ ਬਿਸਮਿਲ੍ਲਾ ਜੀ ਨੇ ਨਾਸ਼ਤਾ ਪਾਈਆਂ ਪਹਿਣਾ ਕਰਨਾ, ਔਰ ਮੈਂ ਅੱਜ ਲੈ ਕੇ ਅਸੀਂ ਅੰਡਾ, ਅੰਡੇ ਦੇ ਨਾਲ ਮੈਂ ਨਾਸ਼ਤਾ ਕਰਾਂਗਾ ਅਤੇ ਔਰ ਬੇਗਮ ਸਾਹਿਬ ਵੀ ਕਰ ਲਓ ਨਾਲ ਚਾਹ ਦੇ ਨਾਲ ਵੀ। ਅਸੀਂ ਸਾਡੀ ਸੁਬਹਾ ਦੀ ਰੂਟੀਨ ਇਹੀ ਹੈ ਪਾਈਆਂ ਪਹਿਣਾ, ਮਖਰ ਸੁਬਹਾ ਦੀ ਰੂਟੀਨ ਸ਼ੇਅਰ ਕਰ ਦਈਏ, ਕਾਫੀ ਦਿਨ ਹੋ ਗਏ ਨਹੀਂ ਕੀਤਾ। ਅਤੇ ਔਰ ਪਾਈਆਂ ਪਹਿਣਾ ਨਾਲ ਬਹਿ ਕੇ ਇੱਥੇ ਨਾ ਚਾਰ ਪਾਈ ਅਤੇ ਨਾਸ਼ਤਾ ਕਰਨ ਵਾਸਤੇ ਸਲਾਮ ਦੁਆ ਲਿਆ ਸੀ, ਅਤੇ ਔਰ ਨਾਸ਼ਤਾ ਕਰਕੇ ਤਾਂ ਫਿਰ ਚੱਲਦੇ ਹਾਂ ਸ਼ਹਿਰ ਨੂੰ ਚੱਕਰ ਲਾਉਂਦੇ ਹਾਂ ਭਾਈਆਂ ਭੈਣਾਂ ਵਾਸਤੇ। ਹਾਂਜੀ, ਅਤੇ ਮਾਸ਼ਾਅੱਲਾ ਮੈਂ ਵੀ ਆ ਕੇ ਸ਼ੋਪ ਖੋਲ੍ਹ ਲਈ ਹੈਗੀ ਔਰ ਸ਼ੋਪ ਵਗੈਰਾ ਵੀ ਸਫਾਈ ਵਗੈਰਾ ਹੀ ਕਰ ਦਿੱਤੀ ਗਈ ਸਾਰੀ,
ਔਰ ਸ਼ੁਕਰ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਅਦਾ ਕਰਨੇ ਮਾਲਕ ਦੀ ਜ਼ਾਤ ਦਾ ਸਾਡਾ ਤੰਦੂਰ ਵੀ ਸੇਲ ਹੋ ਗਏ ਹੈਗੇ ਅਤੇ ਔਰ ਇਹ ਵਾਲਾ ਸਾਰਾ ਕਚਰਾ ਵਗੈਰਾ ਕਿਹੜਾ ਉਹਨਾਂ ਮੈਂ ਸਾਫ਼ ਕਰਨ ਲੱਗਾ, ਰੋੜੇ ਵਗੈਰਾ ਕਿਹੜੇ ਹੈਗੇ ਨਾ ਸਾਰੇ ਵਿੱਚ ਤੋੜਿਆਂ ਦੇ ਬਾਹਰ ਕੱਢ ਕੇ ਇੱਕ ਸਾਈਡ 'ਤੇ ਰੱਖਣੇ ਆ ਅਤੇ ਔਰ ਮੱਟੀ ਕਿਹੜੀ ਹੈਗੀ ਨਾ ਤੰਦੂਰਾਂ ਵਾਸਤੇ, ਕਿਉਂਕਿ ਛੋਟੇ ਤੰਦੂਰ ਕਿਹੜੇ ਹੈਗੇ ਨਾ ਬਿਲਕੁਲ ਨਾ ਹੈ ਨਹੀਂ ਹੈਗੇ, ਕਿਉਂਕਿ ਗਾਹ ਕਾਫੀ ਸਾਰੇ ਨਾ ਕਿਹੜੇ ਹੈਗੇ ਨਾ ਕਸਟਮਰ ਉਹ ਹਟ ਗਏ ਹੈਗੇ ਅਤੇ ਔਰ ਕਿਹੜਾ ਹੈਗਾ ਉਹਨਾਂ ਵਾਸਤੇ ਤੰਦੂਰ ਕਿਹੜੇ ਹੈਗੇ ਨਾ ਛੋਟੇ ਬਣਾਉਣੇ ਪੈਣੇ ਹੈਗੇ। ਅੱਗੇ ਮਿੱਟੀ ਕੁੱਟੀ ਸੀ ਬਾਰਾ ਬੇਗਮ ਸਾਹਿਬਾਂ ਦੀ ਤਬੀਅਤ ਉਸ ਟਾਈਮ ਖਰਾਬ ਹੈਗੀ ਸੀ, ਬਾਹਰ ਨਾ ਮਿੱਟੀ ਗੋ ਨਹੀਂ ਸਕੇ ਸੀ, ਉਹ ਸੁੱਕ ਗਈ ਸੀ, ਇਹਨੂੰ ਬਾਹਰ ਕੱਢ ਕੇ ਨਹਾਉਣ ਅਤੇ ਕੁੱਟ ਕੇ ਨਾ ਅਤੇ ਦੁਬਾਰਾ ਵੇਚ ਦਿੰਦੇ ਹਾਂ ਅਤੇ ਸ਼ਾਮ ਟਾਈਮ ਨੂੰ ਜਾਂ ਸੁਬਾਹ ਕਿਹੜਾ ਹੈਗਾ ਨਾ ਮੈਂ ਗੋ ਲਵਾਂਗਾ ਅਤੇ ਬੇਗਮ ਸਾਹਿਬਾ ਕੋਲ ਨਾਲ ਲਿਪਾ ਲਵਾਂਗਾ। ਔਰ ਜਾਨਵਰ ਕਿਹੜੇ ਜਾਨਵਰ ਫਿਰ ਸੱਦ ਲੈਂਦਾ ਮੈਂ ਗਲਤੀ ਗੁਸਤਾਖੀ ਮਾਫ, ਪਰਿੰਦੇ ਕਿਹੜੇ ਹੈਗੇ ਨਾ ਉਹ ਵੀ ਮੈਂ ਕੱਢ ਦਿੱਤੇ ਹੈਗੇ ਸੀ ਬਾਹਰ ਔਰ ਦਾਣਾ ਪਾਣੀ ਆਪਣਾ ਨਾ ਇੰਜੋਏ ਕਰ ਰਹੇ ਹੈਗੇ ਅਤੇ ਔਰ ਹੁਣ ਮੈਂ ਮਿੱਟੀ ਵੀ ਕੁੱਟਣ ਲੱਗਾ ਅਤੇ ਔਰ ਸਫਾਈ ਵੀ ਕਰਨ ਲੱਗਾ, ਉਸ ਤੋਂ ਬਾਅਦ ਇਹ 'ਚ ਨਾ ਜਾਵਾਂਗੇ ਸ਼ਹਿਰ ਨੂੰ ਉਧਲਾ ਕੰਮ ਕਰਕੇ ਆਵਾਂਗੇ। ਹਾਂਜੀ, ਅਤੇ ਮਾਸ਼ਾਅੱਲਾ ਤੰਦੂਰ ਕਿਹੜੇ ਹੈ ਨਾ ਬਾਈ ਨੂੰ ਲਦਾ ਦਿੱਤੇ ਹੈਗੇ ਔਰ ਦੋ ਇਕੱਠੇ ਮਾਸ਼ਾਅੱਲਾ ਸੇਲ ਹੋ ਗਏ ਸੀ, ਸ਼ੁਕਰ ਅਲਹਮਦੁਲਿਲਾ, ਔਰ ਬਾਈ ਉਹਦੀ ਲੈ ਕੇ ਜਾ ਰਹੇ ਗੇ। ਔਰ ਇਹ ਵਾਲਾ ਵੀ ਨਾ ਸਾਡਾ ਕਾਫੀ ਦਿਨਾਂ ਦਾ ਨਾ ਸੇਲ ਹੋਇਆ ਹੋਇਆ ਹੈਗਾ, ਪੈਸੇ ਬਾਈ ਦੇ ਗਿਆ ਹੋਇਆ ਸੀਗਾ ਅਤੇ ਉਹਨੇ ਨਾ ਚੱਕਣਾ ਹੈਗਾ, ਸੁਬਾਹ ਚੱਕ ਲਵੇ ਜਾਂ ਅੱਜ ਚੱਕ ਲਵੇ ਜਾਂ ਐਵੇਂ ਕਦਨ ਚੱਕ ਲਵੇ। ਔਰ ਇਹ ਵਾਲਾ ਸਾਡੇ ਕੋਲ ਲਾਸਟ ਰਹਿ ਗਿਆ ਵੀ ਥੋੜ੍ਹਾ ਜਿਹਾ ਥੱਲੇ ਟੁੱਟ ਗਿਆ ਸੀ, ਇਹ ਵਾਲਾ ਨਾ ਬਾਰਿਸ਼ ਦੀ ਵਜ੍ਹਾ ਨਾਲ ਨਾ ਇਹਨੂੰ ਵੀ ਨੋੜਨਾ ਠੀਕ ਕਰਾਂਗੇ ਕੱਢ ਕੇ ਅਤੇ ਔਰ ਇਹ ਵਾਲੀ ਸਾਰੀ ਸਫਾਈ ਵਗੈਰਾ ਕਰਨੇ ਆ ਅਤੇ ਦੁਬਾਰਾ ਤੰਦੂਰ ਨਾਲ ਫੇਲ ਨਾਲ ਲਿਫਾਈ ਕਰਨੇ ਆ। ਸ਼ੁਕਰ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਅਦਾ ਕਰਨੇ ਆ ਮਾਲਕ ਦੀ ਜ਼ਾਤ ਦਾ, ਲੱਖ ਲੱਖ ਜਿਹੜੇ ਸਾਡੇ ਦੋ ਤੰਦੂਰ ਸੇਲ ਹੋ ਗਏ ਔਰ ਬੱਚਿਆਂ ਦੇ ਨਾ ਕੱਪੜੇ ਜ਼ਰੂਰ ਆ ਜਾਣਗੇ ਅੰਦੇ ਬੇਗਮ ਸਾਹਿਬਾਂ ਨੂੰ, ਇਹਨਾਂ ਦੇ ਪੈਸੇ ਸਾਰੇ ਕਿਹੜੇ ਹੈਗੇ ਨਾ ਬੇਗਮ ਸਾਹਿਬਾਂ ਨੂੰ ਦੇ ਦਿੰਦੇ ਹਾਂ, ਬੱਚਿਆਂ ਦੇ ਨਾ ਕੱਪੜੇ ਤੁਸੀਂ ਨਾ ਖਰੀਦ ਕਰ ਲਓ, ਕਿਉਂਕਿ ਸਕੂਲ ਨਾ ਯੂਨੀਫਾਰਮ ਨਾਲ ਨਾ ਅਗਲਿਆਂ ਨਾਲ ਹੀ ਨਾ ਗਏ ਹੈਗੇ ਕੱਪੜੇ, ਕਿਉਂਕਿ ਫੰਕਸ਼ਨ ਫੁੰਕਸ਼ਨ 'ਤੇ ਨਾ ਕਦੀ ਨਾ ਕਦੀ ਉਹਨਾਂ ਨੂੰ ਜਾਣਾ ਪੈ ਜਾਂਦਾ ਹੈਗਾ। ਔਰ ਇਹ ਵਾਲਾ ਤੰਦੂਰ ਸ਼ੁਕਰ ਅੱਲਾਹ ਦਾ ਸੇਲ ਹੋ ਗਏ ਔਰ ਨਵਿਆਂ ਦੀ ਅਸੀਂ ਹੁਣ ਕਰਨੇ ਹਾਂ ਜੀ ਤਿਆਰੀਆਂ, ਕਿਉਂਕਿ ਸ਼ੁਕਰ ਅੱਲਾਹ ਦਾ ਸੋਨੇ ਮਾਲਕ ਦੀ ਜ਼ਾਤ ਦਾ ਜਿਹੜੇ ਨਾ ਵੇਖ ਗਏ ਹੈਗੇ ਤੰਦੂਰ ਹੀ ਨਹੀਂ, ਇੱਥੇ ਬੈਠਾ ਸੀ ਦੁਕਾਨ 'ਤੇ ਅੱਲਾਹ ਇੱਦੂ ਰੋਜ਼ੀ ਦੇ ਰਿਹਾ ਤੋਰ, ਉਹਦੇ ਵੀ ਸ਼ੁਕਰ ਹੈ ਅੱਲਾਹ ਦਾ ਔਰ ਸਾਹ ਚੜਿਆ ਖੋਤਾ, ਕਿਉਂਕਿ ਨਾ ਤੰਦੂਰ ਕਾਫੀ ਸਾਰਿਆਂ ਨੇ ਫਿਰ ਵਧਣੀ ਅਸੀਂ ਬਣਾਉਂਦੇ ਹਾਂ, ਕਿਉਂਕਿ ਨਾ ਕਾਫੀ ਟਾਈਮ ਇਹ ਤੱਕਦੇ ਕਾਫੀ ਸਾਰੇ ਹੈਗੇ, ਉਹ ਬਾਈ ਇਕੱਲਾ ਸੀ ਚਕਾ ਕੇ ਉਹਨਾਂ ਨੂੰ ਲਗਾ ਦਿੱਤੇ। ਔਰ ਹੁਣ ਚੱਲੇ ਹਾਂ, ਚੱਲ ਕੇ ਪਹਿਲੇ ਜਾਂ ਤਾਂ ਮਿੱਟੀ ਕੁੱਟਣੇ ਆ ਅਤੇ ਜਾਂ ਸ਼ਹਿਰ ਚੱਲੇ ਹਾਂ, ਸ਼ਹਿਰ 'ਚ ਹੋ ਕੇ ਅਤੇ ਫਿਰ ਆਉਂਦੇ ਹਾਂ। ਹਾਂਜੀ, ਅਤੇ ਹੁਣ ਮੈਂ ਵੀ ਨਾ ਚੱਲੇ ਹਾਂ ਘਰੇ ਨੂੰ ਔਰ ਬੇਗਮ ਸਾਹਿਬਾਂ ਨੂੰ ਪਤਾ ਕਰਨੇ ਹਾਂ ਕੀ ਕਰ ਰਹੀ ਹੈਗੀ ਅਤੇ ਮੈਂ ਵੀ ਫਿਰ ਨਾ ਸ਼ਹਿਰ ਚੱਲਿਆ ਉਹਨੂੰ ਬਿਠਾਉਂਦੇ ਸ਼ੋਪ 'ਤੇ ਔਰ ਕਬੂਤਰ ਨਾਲ ਇੰਜੋਏ ਕਰਨਾ, ਉਹ ਦੇ ਨਾ ਸਾਹਮਣੇ ਨਾ ਉਸਤਾਦ ਦੇ ਕਿਹੜੇ ਕਮਰੇ 'ਤੇ ਨਾ ਚਲੇ ਗਏ ਸੀ, ਨਿਵਾਜ਼ ਭਾਈ ਦੇ ਨਾ ਕਮਰੇ 'ਤੇ ਨਾ ਉਹਦੇ ਚਲੇ ਜਾਂਦੇ ਹੈਗੇ, ਸਾਰੇ ਉੱਡ ਕੇ ਨਾ ਉਹਤੇ ਚਲੇ ਜਾਂਦੇ ਨੇ, ਉਦੋਂ ਆਪੇ ਹੀ ਨਾ ਫਿਰ ਥੱਲੇ ਆ ਜਾਂਦੇ ਨੇ, ਕਿਉਂਕਿ ਸਾਰੀ ਦਿਹਾੜੀ ਨਾ ਇੱਦੂ ਉੱਦੇ ਅਤੇ ਇੱਦੇ ਇੱਦੇ ਨਾ ਆਜ਼ਾਦ ਹੈਗੇ, ਜਿਹਦੂ ਦਾਣਾ ਪਾਣੀ ਚੁਗਣਾ ਉਹਨੇ ਆਪੇ ਨਾ ਚੁਗ ਲੈਂਦੇ ਆ ਤਾਂ ਔਰ ਆਪਣਾ ਇੰਜੋਏ ਵੀ ਕਰ ਲੈਂਦੇ ਨੇ ਥੋੜ੍ਹੇ ਜਿਹੇ ਸਮਾਨਾਂ ਦੇ ਵਿੱਚ ਜਾ ਕੇ। ਔਰ ਬੇਗਮ ਸਾਹਿਬਾ ਤਾਂ ਮੈਨੂੰ ਸਫਾਈਆਂ ਕਰ ਰਹੀ ਹੈਗੀ, ਹਾਂਜੀ ਕੀ ਹੋ ਰਿਹਾ, ਕੋਈ ਮੈਨੂੰ ਲੰਘਣ ਦਿਓ, ਔਰ ਨਲਕੇ ਵਾਲੇ ਭਾਈ ਦੇ ਨਾਲ ਵੀ ਗੱਲ ਕਰਕੇ ਆਵਾਂਗੇ, ਅੱਜ ਵੀ ਨਾ ਲਵਾਵਾਂਗੇ। ਔਰ ਬੇਗਮ ਸਾਹਿਬ ਮਾਸ਼ਾਅੱਲਾ, ਬੇਗਮ ਸਾਹਿਬਾਂ ਨੇ ਤਾਂ ਸਫਾਈਆਂ ਵਗੈਰਾ ਸਾਰੀਆਂ ਕਰ ਦਿੱਤੀਆਂ ਹੈਗੀਆਂ ਅਤੇ ਬਾਰਿਸ਼ ਉੱਤੋਂ ਆ ਗਈ ਤਾਂ ਫਿਰ ਜ਼ਿਆਦਾ ਚੈੱਕ ਹੋ ਜਾਣੀ ਜੀ, ਬਾਰਿਸ਼ ਆ ਗਈ ਤਾਂ ਮੇਰੇ ਤਰਾਈ ਕਿਹੜੀ ਹੈਗੀ ਨਾ ਜ਼ਿਆਦਾ ਹੋ ਜਾਵੇਗੀ, ਥੋੜ੍ਹੀ ਥੋੜ੍ਹੀ ਰਹਿ ਜਾਵੇਗੀ ਕਿ ਨਹੀਂ, ਅਤੇ ਬਸ ਹੁਣ ਕਿੰਨਾ ਕੁ ਤੁਹਾਡਾ ਕੰਮ ਰਹਿ ਗਿਆ ਹੈਗਾ। ਹਾਂਜੀ ਜੀ, ਹਾਂਜੀ ਅਤੇ ਤੁਹਾਡੇ ਵਾਸਤੇ ਖੁਸ਼ਖਬਰੀ ਵੀ ਹੈ, ਆਪਣੇ ਤੰਦੂਰ ਦੋ ਸੇਲ ਹੋ ਗਏ ਅਤੇ ਉਹ ਪੈਸੇ ਸਾਰੇ ਹੀ ਤੈਨੂੰ ਦੇ ਦੇਣੇ ਹੈਗੇ ਮੈਂ।
ਸ਼ੁਕਰ ਅੱਲਾਹ ਦਾ। ਹਾਂ ਉਹ ਤੈਨੂੰ ਸਾਰੇ ਪੈਸੇ ਤੁਸੀਂ ਲੈ ਜਾਓ ਤੇ ਬੱਚਿਆਂ ਵਾਸਤੇ ਨਾ ਕੱਪੜੇ ਲੈ ਆਓ। ਕੱਪੜੇ ਲਾ ਲਵਾਂਗੇ ਕਿਉਂਕਿ ਮੈਨੂੰ ਜਿਹੜਾ ਨਾ ਬੜਾ ਦੁੱਖ ਲੱਗਦਾ ਜੇ ਅਸੀਂ ਲੈਨੇ ਦੇ ਹੋਗੇ ਨਾ ਕਾਫੀ ਦੇ ਹੋਗੇ ਕਿ ਉਹਨਾਂ ਦੇ ਮੈਂ ਨਵੇਂ ਕੱਪੜੇ ਨਹੀਂ। ਹਾਂਜੀ ਮੈਨੂੰ ਵੀ ਪਤਾ ਹੈ ਪਰ ਮੁੜ ਕੀ ਕਰ ਸਕਦੇ ਆ, ਜਿਆ ਪਰੇਸ਼ਾਨੀ ਨਹੀਂ ਖਤਮ ਹੋਈ। ਜਿਆਦਾ ਜਿਹੜੇ ਮਹਿੰਗੇ ਉਹ ਨਹੀਂ ਲਈਆਂ ਵਾਸ਼ਿੰਗ ਵੇਅਰ। ਹਾਂ ਵਾਸ਼ਿੰਗ ਵੇਅਰ ਦੇ ਨਾ ਕਿੜੇਗੇ ਨਾ ਸਾਬਤ। ਪੱਕੇ ਵੀ ਆ? ਹਾਂਜੀ ਕਾਫੀ ਦੇ ਮੁੜ ਕੱਢ ਜਾਣਗੇ। ਹਾਂ ਬਿਲਕੁਲ, ਉਹ ਦੋ ਸੂਟ ਲੈ ਲਓ ਤੁਸੀਂ, ਦੋ ਦੋ ਇਹਨਾਂ ਦੇ ਜੋੜੇ ਨਾਲ ਸਿਵਾ ਲਾ ਦਿਓ, ਮੁੜਨਾ ਪਿਛਲੀ ਸਰਦੀਆਂ ਤੋਂ ਕਨਾ ਆਪਣਾ ਸੁੱਖ ਦਾ ਪੈ ਜਾਵੇਗਾ ਮੈਨੇ। ਤੇ ਮੈਂ ਫਿਰ ਹੁਣ ਤੁਸੀਂ ਚੱਲੋ ਸ਼ੋਪ ਤੇ ਤੇ ਪੈਸੇ ਵੀ ਤੁਹਾਨੂੰ ਦੇਣਾ, ਤੁਸੀਂ ਫਿਰ ਨਾ ਇਹ ਬਾਅਦ ਦੇ ਤੁਹਾਨੂੰ ਲੈ ਜਾਵਾਂਗਾ ਜਾਂ ਤੁਸੀਂ ਬਾਬੀ ਨਾਲ ਚਲੇ ਜਾਣਾ ਤੇ ਮੈਂ ਚੱਲਿਆ ਸ਼ਹਿਰ। ਤੁਹਾਡੇ ਵਾਸਤੇ ਕਿਹੜਾ ਸਰਪ੍ਰਾਈਜ਼ ਹੈ ਭੈਣਾਂ ਭਾਈਆਂ ਵਾਸਤੇ ਤੇ ਤੇਰੇ ਵਾਸਤੇ ਵੀ, ਕਿਉਂਕਿ ਅੱਲਾਹ ਪਾਕ ਤੇ ਇੱਕ ਨੇਕ ਬੰਦਾ ਹੈਗਾ, ਬਹੁਤ ਬਹੁਤ ਉਹਨਾਂ 'ਤੇ ਸ਼ੁਕਰ ਗੁਜ਼ਾਰ ਹੈ, ਸਾਡੀ ਮਾਸ਼ਾਅੱਲਾ ਉਹਨੇ ਹੈਲਪ ਕੀਤੀ ਸੀ ਤੇ ਔਰ ਹਾਂਜੀ ਆਮੀਨ। ਹਾਂਜੀ ਹਾਂਜੀ ਅੱਲਾਹ ਪਾਕ ਦੇ ਬਹੁਤ ਨੇਕ ਬੰਦੇ ਹੈਗੇ ਕਿਹੜੇ ਸਾਡੇ ਕੋਲ ਨਾ ਇਤਨਾ ਵੱਡਾ, ਕਿਹੜੀ ਪਰੇਸ਼ਾਨੀ ਕਿਸ ਗੱਲ ਦੀ ਹੈਗੀ ਸੀ ਉਹ ਵਾਲੀ ਨਾ ਬਾਈਆਂ ਭੈਣਾਂ ਵਾਸਤੇ। ਹਾਂਜੀ ਬੇਗਮ ਸਾਹਿਬ ਤਾਂ ਬੜੀ ਖੁਸ਼ ਹੈਗੀ ਤੇ ਉਹ ਮੈਂ ਲੈ ਕੇ ਆਉਣਾ ਤੇ ਹੁਣ ਸ਼ਹਿਰ ਨੂੰ ਜਾਣਾ ਅੱਲਾਹ ਨੂੰ ਯਾਦ ਕਰਕੇ। ਤੁਸੀਂ ਸ਼ੋਪ ਤੇ ਚਲੇ ਜਾਓ, ਘਰ ਦਾ ਤੁਸੀਂ ਆਪਣਾ ਕੰਮ ਕਰ ਲਿਆਗਾ। ਹਾਂਜੀ ਮੈਂ ਵੇਖ ਰਿਹਾ ਹੈਗਾ ਸਰ, ਮੰਜੀਆਂ ਨਹੀਂ ਚਾਰ ਪਾਈਆਂ ਸਦੀਆਂ ਕਰੋ, ਫਿਰ ਬਾਈਆਂ ਬਹਿਣ ਕਹਿੰਦੇ ਕਿ ਚਾਰ ਮੰਜੀਆਂ ਸਦੀ। ਮਾਸ਼ਾ ਅੱਲਾ ਖੂਬਸੂਰਤ ਹੀ ਹੁਣ ਲੱਗ ਰਿਹਾ ਹੈਗਾ, ਕਿਉਂਕਿ ਨਾ ਅੱਗੇ ਪਲਸਤਰ ਵਗੈਰਾ ਨਹੀਂ ਹੈਗਾ ਸੀ ਨਾ, ਫਿਰ ਸੁਰਾਖ ਨਜ਼ਰ ਆਉਂਦੇ ਸੀ ਤੇ ਹੁਣ ਅਜੀ ਤੋਂ ਨਹੀਂ ਖੂਬਸੂਰਤ ਲੱਗੇਗਾ, ਅਜੀ ਖੂਬਸੂਰਤ ਉਸ ਟਾਈਮ ਲੱਗੇਗਾ ਕਿਸੇ ਚਿੱਟਾ ਨਾ ਸੀਮੈਂਟ ਇਹਨੂੰ ਮਾਰਨਾ ਹੈਗਾ ਸਰ। ਹਾਂਜੀ ਹਾਂਜੀ ਉਹ ਮਹਿੰਗੀਆਂ ਦਿੰਦੀਆਂ ਨਾ, ਉਹ ਤਕਰੀਬਨ 2500 ਰੁਪਏ ਦੀ ਜਾਂ 3000 ਦੀ ਇੱਕ ਹੁੰਦੀ ਹੈਗੀ। ਪਿਆਰੀਆਂ ਤਾਂ ਲੱਗਦੀਆਂ ਹੈਗੀਆਂ ਮੈਨੂੰ ਪਤਾ ਹੈਗਾ, ਪਰ ਜਿਸ ਟਾਈਮ ਅੱਲਾ ਹਿੰਮਤ ਦੇਵੇਗਾ ਨਾ ਆਸਤਾ ਆਸਤਾ ਸਾਰਾ ਕੁਛ ਨਾ ਤੁਹਾਡੀ ਖੁਆਇਸ਼ ਪੂਰੀ ਕਰ ਲਵਾਂਗਾ। ਚਾਰ ਪਾਈਆਂ ਇੱਦਾਂ ਨੂੰ ਲੈ ਦੇਵਾਂਗਾ। ਸਭ ਤੋਂ ਪਹਿਲਾਂ ਕਿਹੜਾ ਹੈਗਾ ਨਾ ਆਪਾਂ ਪੈਸੇ ਨਾਲ ਤੰਦੂਰ ਬਣਾਈਏ ਦਿਨ ਰਾਤ ਕਰਕੇ ਅਤੇ ਜਮ੍ਹਾਂ ਕਰਕੇ ਨਾ ਅਤੇ ਉਸ ਦਰਵਾਜ਼ੇ ਦਾ ਆਪਣਾ ਨਾ ਸੋਚੀਏ ਦਰਵਾਜ਼ੇ ਦੇ ਬਾਰੇ, ਕਿਉਂਕਿ ਸਭ ਤੋਂ ਵੱਡੀ ਪਰੇਸ਼ਾਨੀ ਉਹ ਬੰਦਾ। ਹਾਂਜੀ ਲੈ ਲਓ ਲੈ ਲਓ, ਤੁਹਾਡੇ ਵਾਸਤੇ ਮੈਂ ਪਹਿਲੇ ਵੀ ਨਾ ਭਾਈਆਂ ਭੈਣਾਂ ਨੂੰ ਨਾ ਕਹਿ ਚੁੱਕਿਆ ਬਈ ਨਾ ਜੀ ਬੇਗਮ ਸਾਹਿਬਾਂ ਨੇ ਪੈਸੇ ਸਾਰੇ ਹੀ ਦੇ ਦੇਣੇ ਹੈਗੇ, ਕਿਉਂਕਿ ਬੱਚਿਆਂ ਦੇ ਕੱਪੜੇ ਨਹੀਂ ਹੈਗੇ। ਆਪਣੀ ਤਾਂ ਖੈਰ ਹੈਗੀ, ਮੇਰਾ ਤਾਂ ਗੁਜ਼ਾਰਾ ਹੋ ਜਾਂਦਾ ਹੈਗਾ ਵੀ ਜਿਵੇਂ ਨਾ, ਕਿਉਂਕਿ ਮੈਨੂੰ ਕਿਹੜੇ ਦੋਸਤਾਂ ਵਗੈਰਾ ਜਾਣਾ ਅਤੇ ਕੋਈ ਨਹੀਂ ਸ਼ਰਟ ਵਗੈਰਾ ਪਾ ਲੈਣਾ ਥੱਲੇ ਸਲਵਾਰ ਹੁੰਦੀ ਹੈ, ਅਤੇ ਕਿਉਂਕਿ ਉਹਨਾਂ ਮੈਚ ਵਗੈਰਾ ਮੈਂ ਖੇਡਣਾ ਬਾਹਰ ਨਾ ਬਾਸਕਟਬਾਲ ਨਾ ਉਹ ਬਾਟੇਬਾਲ ਦਾ, ਅਤੇ ਬਾਹਰ ਨਾ ਪਿੰਡਾਂ ਥਾਵਾਂ 'ਚ ਫਿਰ ਰਾਤ ਦੇ ਵਿੱਚ ਜ਼ਿਆਦਾਤਰ ਮੈਚ ਹੋ ਜਾਂਦੇ ਹੈਗੇ, ਅਤੇ ਬਾਹਰ ਨਾ ਬਸ ਸ਼ੌਂਕ ਵੀ ਪੂਰੀ ਆਪਣੀ ਕਰ ਲੈਂਦਾ ਅਤੇ ਔਰ ਬੱਚਿਆਂ ਦਾ ਪੇਟ ਵੀ ਪਾਲ ਲੈਂਦਾ ਨਾਲ ਸਾਰਾ ਕੁਛ ਨੇ, ਕਿਉਂਕਿ ਅਜੇ ਤੱਕ ਨਾ ਮੇਰੀ ਉਮਰ ਵੀ ਹੈਗੀ ਖੇਡਾਂ ਨੂੰ ਦੇ ਅਤੇ ਔਰ ਇੰਜੋਏ ਕਰਾਂ ਦੀ ਥੋੜ੍ਹੀ ਗਣੀ ਨਾ, ਰਾਤ ਟਾਈਮ ਨਾ ਮੈਂ ਚਲਾ ਜਾਂਦਾ ਕਿਧਰੇ ਨਾ ਖੇਡਣ ਵਾਸਤੇ, ਕਿਉਂਕਿ ਦਿਨੇ ਤਾਂ ਸਾਰੀ ਦਿਹਾੜੀ ਨਾ ਕੰਮ ਹੁੰਦਾ, ਘਰ ਦੀ ਮੈਂ ਸਿਰ ਬੱਚਿਆਂ ਦਾ ਪੇਟ ਪਾਲਣ ਵਾਸਤੇ ਦੁਕਾਨ ਚਲਾਉਣੀ ਹੁੰਦੀ, ਘਰ ਦਾ ਕੰਮ ਵੀ ਕਰਨਾ ਹੁੰਦਾ ਹੈਗਾ। ਅਤੇ ਔਰ ਹੁਣ ਬਾਈਆਂ ਭੈਣਾਂ ਨੇ, ਕਿਉਂਕਿ ਬਾਈ ਭੈਣ ਵੀ ਕਹਿਣਗੇ ਸਾਡੇ ਨਾਲ ਗੱਲਾਂ ਇਹੋ ਜਿਹੀ ਕਰਦੇ, ਅਸੀਂ ਫੈਮਲੀਆਂ ਤਰੀਕੋਂ ਨਾਲ ਬਾਈਆਂ ਭੈਣਾਂ ਨੂੰ ਸਮਝਣੇ, ਆਪਣੇ ਦਿਲ ਦੀ ਕਿਹੜੀ ਹੈਗੀ ਨਾ, ਦਿਲ ਦੀ ਕਿਹੜੀ ਗੱਲ ਹੈਗੀ ਨਾ ਬਾਈਆਂ ਭੈਣਾਂ ਵੀ ਸ਼ੇਅਰ ਕਰ ਦਿੰਦੇ ਅਤੇ ਸਾਡਾ ਦਿਲ ਵੀ ਹੌਲਾ ਹੋ ਜਾਂਦਾ ਤੁਹਾਡੇ ਭੈਣਾਂ ਭਾਈਆਂ ਨਾਲ ਨਾ ਇਤਨੀ ਸਾਰੀ ਨਾ ਸ਼ੇਅਰਿੰਗ ਆਪਣੀ ਰੂਟੀਨ ਸ਼ੇਅਰਿੰਗ ਕਰਕੇ ਅਤੇ ਖੁਸ਼ ਹੋ ਜਾਂਦੇ ਹਾਂ ਅਸੀਂ, ਕਿਉਂਕਿ ਪਰੇਸ਼ਾਨ ਜਿਸ ਵੇਲੇ ਅਸੀਂ ਬਾਈਆਂ ਭੈਣਾਂ ਨਾਲ ਨਾ ਆਪਣੀ ਕਰ ਲੈਂਦੇ ਹਾਂ ਤਾਂ ਅੱਜ ਹੁਣ ਖੁਸ਼ ਬਹੁਤ ਹੈ ਅਤੇ ਬਾਈਆਂ ਭੈਣਾਂ ਨਾਲ ਵੀ ਅਸੀਂ ਖੁਸ਼ ਹੋ ਕੇ ਗੱਲ ਕਰ ਰਹੇ ਹਾਂ, ਬਹੁਤ ਜ਼ਿਆਦਾ ਖੁਸ਼ ਹਾਂ। ਅਤੇ ਅੱਲਾਹ ਪਾਕ ਸਾਰਿਆਂ ਦੀ ਜ਼ਿੰਦਗੀ ਕਰੇ, ਜਿਹੜੇ ਇਤਰੇ ਅੱਲਾਹ ਪਾਕ ਦੇ ਨੇਕ ਬੰਦੇ ਨੇ ਸਾਡੇ ਘਰ ਵਾਸਤੇ, ਮਾਸ਼ਾਅੱਲਾ ਬਹੁਤ ਸਾਰੇ ਅੱਲਾਹ ਪਾਕ ਦੇ ਨੇਕ ਬੰਦੇ ਨੇ ਸਾਡੀ ਹੈਲਪ ਕੀਤੀ ਉਹਨਾਂ, ਅਤੇ ਹੁਣ ਵੀ ਮਾਸ਼ਾਅੱਲਾ ਆਸਤਾ ਆਸਤਾ ਜਿਤਰੀ ਕਿ ਜੋ ਹਿੰਮਤ ਹੈ ਨਾ ਅੱਲਾਹ ਪਾਕ ਦੇ ਬੰਦੇ ਉਤਰੀ ਸਾਡੀ ਮਾਸ਼ਾਅੱਲਾ ਉਹਨੇ ਹੈਲਪ ਕੀਤੀ। ਅਤੇ ਮੈਂ ਹੁਣ ਚੱਲਿਆ ਸ਼ਹਿਰ ਨੂੰ। ਹਾਂਜੀ ਅਤੇ ਮਾਸ਼ਾਅੱਲਾ ਮੈਂ ਪਹੁੰਚਿਆ ਸੀਮੈਂਟ ਹੋਰਾਂ ਦੀ ਦੁਕਾਨ 'ਤੇ ਔਰ ਸਰਪ੍ਰਾਈਜ਼ ਵੀ ਬਾਈਆਂ ਭੈਣਾਂ ਵਾਸਤੇ ਇੱਥੇ ਹੀ ਹੈਗਾ ਸੀ ਕਿਹੜਾ ਮੈਂ ਦੱਸਿਆ ਸੀ ਨਾ ਵੀ ਉਹ ਵਾਲਾ ਨਾ, ਉਹ ਸਰਪ੍ਰਾਈਜ਼ ਇਹ ਹੈਗਾ ਸੀ
ਔਰ ਟੈਂਕੀ ਕਿਹੜੀ ਹੈਗੀ ਨਾ, ਟੈਂਕੀ ਦੇ ਪੈਸੇ ਦੇਣੇ ਆ ਅਤੇ ਟੈਂਕੀ ਵੀ ਬਾਈ ਹੋਰਾਂ ਕੋਲ ਲੈ ਕੇ ਜਾਣੀ, ਪਰੇਸ਼ਾਨੀ ਵਾਲੀ ਖਤਮ ਹੋ ਜਾਵੇਗੀ ਬੇਗਮ ਸਾਹਿਬਾਂ ਦੀ ਵੀ, ਅਤੇ ਔਰ ਸੀਮੈਂਟ ਵੀ। ਅਸਲਾਮ ਵਾਲੇਕਮ ਭਾਈ ਜਾਨ। ਵਾਲੇਕਮ ਸਲਾਮ। ਇਹ ਭਾਈ ਜਾਨ ਟੈਂਕੀ ਦੇ ਪੈਸੇ ਤੁਸੀਂ ਗਿਣੋ, 7000। 100 ਰੁਪਈਆ ਤੁਹਾਡਾ ਬਚਣਾ, ਉਹ ਮੈਂ ਦੇਣਾ ਕੋਈ ਨਹੀਂ ਤੁਹਾਨੂੰ, ਕਿਉਂਕਿ 100 ਰੁਪਈਆ ਤੁਸੀਂ ਛੱਡ ਸਕਦੇ ਹੋ ਮੈਨੂੰ। ਅਤੇ ਔਰ ਕਿਹੜੇ, ਹਾਂ ਉਹ ਤੁਹਾਡਾ ਬਕਾਇਆ ਰਹਿੰਦਾ ਹੈਗਾ ਸੀਮੈਂਟ ਦਾ, ਅਤੇ ਉਹ ਤੁਹਾਨੂੰ ਮੈਂ ਬਾਅਦ ਦੇਵਾਂਗਾ। ਅਤੇ ਇਹ ਹਾਲੇ ਤੁਸੀਂ ਨਾ ਸੀਮੈਂਟ ਹੁਣ ਮੈਨੂੰ ਦੇਣੀ ਹੈਗੀਆਂ 3 ਬੋਰੀਆਂ, 5000। ਇਹਦੇ 'ਚ 500 ਨੂੰ ਤੁਸੀਂ ਮੈਨੂੰ ਬਕਾਇਆ ਦੇ ਦੇਣਾ ਹੈਗਾ, ਅਤੇ ਮਿਹਰਬਾਨੀ ਬਾਈ ਜਾਨ। ਅਤੇ ਇਹ ਤੁਸੀਂ ਨਾ ਉਹ ਮੈਂ ਤੁਹਾਡਾ ਪਿਛਲਾ 5000 ਬਕਾਇਆ ਬਾਅਦ ਦੇਵਾਂਗਾ, ਮੈਂ ਨਾ 1-2 ਦਿਨ ਕੱਢੋ ਅਤੇ ਉਹ ਵੀ ਦੇ ਦੇਵਾਂਗਾ। ਅਤੇ ਟੈਂਕੀ ਕਿਹੜੀ ਮੈਂ ਵੇਖੀ ਸੀ ਨਾ, ਉਹ ਹੀ ਤੁਸੀਂ ਮੈਨੂੰ ਨਾ ਚੱਕ ਕੇ ਦੇਣੀ ਹੈਗੀ। ਅਤੇ ਔਰ ਸੀਮੈਂਟ ਦੀਆਂ ਬੋਰੀਆਂ ਇਹ ਵਾਲੀਆਂ ਚੂਨਾ 3 ਕਿਹੜੀਆਂ ਹੈਗੀਆਂ ਨਾ, ਤੁਸੀਂ ਮੈਨੂੰ ਨਾ ਭਿਜਾ ਦਿਓ। ਅਤੇ ਠੀਕ ਹੈ, ਮਿਹਰਬਾਨੀ ਬਾਈ ਜਾਨ ਤੁਹਾਡੀ। ਔਰ ਸੀਮੈਂਟ ਦੀ ਇੱਕ ਚੱਕ ਲੈਣੇ, ਔਰ ਉਸ 'ਚ ਚਿੱਟੀ ਸੀਮੈਂਟ ਦੀ ਬੋਰੀ ਕਿੰਨੇ ਦੀ, ਉਹ ਕਿਹੜੀ ਨਾ ਫੇਰੀ ਦਾ ਹੁੰਦਾ ਚੂਨਾ? ਅੱਛਾ ਇਹ ਵਾਲੀ ਸਰ। ਅੱਛਾ, ਅਤੇ ਇੱਕ ਕਮਰੇ ਦੇ ਵਿੱਚ ਕਿੰਨਾ ਕੁ ਪੇਂਟ ਹੋ ਜਿਸੀ? ਪੂਰੀ ਬੋਰੀ ਲੱਗ ਜਾਵੇਗੀ। ਇਹ 1600 ਦੀ ਅਤੇ ਇਹ 2200 ਦੀ, ਇਹਨੇ ਚੰਗੀ ਦਾ ਅਤੇ ਮਾੜੀ ਦਾ ਫਰਕ ਹੈਗਾ। ਬਸ ਠੀਕ ਬਈ, ਕਿਹੜੇ ਨਾਲ ਉਤਰੇ ਨਾ ਉਹ ਵਾਲੇ ਤੇ? ਇਹ ਵਾਲੇ ਨਾ ਮੈਂ ਬਲਦ, ਕਿਉਂਕਿ ਉਹ ਵਾਲੀ ਵੀ ਨਾ ਲਾਣੀ ਹੈਗੀ। ਇਹ ਵਾਲਾ ਵਾਕਈ ਨਾ ਅੱਛਾ ਪੇਂਟ ਹੈਗਾ, ਇਹ ਵਾਲਾ ਹੀ ਨਾ ਲੈ ਕੇ ਜਾਣਾ ਹੈ ਬਸ ਨਾ, ਮੈਂ ਥੋੜ੍ਹੇ ਦਿਨਾਂ ਤੋਂ ਅਗਲੇ ਤੁਹਾਡੇ ਪੈਸੇ ਦੇ ਲਈਏ, ਉਸ ਤੋਂ ਬਾਅਦ ਇਹ ਨਾ ਇਹ ਵਾਲਾ ਲੈ ਕੇ ਜਾਵਾਂਗੇ। ਹਾਂਜੀ, ਅਤੇ ਸ਼ਹਿਰ 'ਚ ਮੈਂ ਆ ਗਿਆ ਸੀ ਬਾਈ ਹੋਰਾਂ ਨੂੰ ਨਾ ਕਿਹਾ ਹੈਗਾ, ਉਹ ਲਦਾਤੀਆਂ ਸੀ ਔਰ ਸਿਲੰਡਰ ਬਣਾਉਣਾ ਸੀ ਬੇਗਮ ਸਭਾ ਕਾਫੀ ਕਿਹਾ ਸੀ ਉਹ ਲੈਣ ਦਾ। ਔਰ ਸਭ ਤੋਂ ਪਹਿਲੇ ਨਾ ਇਹ ਵਾਲਾ ਵੀ ਨਾ ਕਿਹੜਾ ਹੈਗਾ ਨਾ, ਕਿਹੜੀਆਂ ਕਿਸੇ ਨੇ ਨਾਲੀਆਂ, ਉਹ ਵਾਲੀਆਂ ਵੀ ਨਾ ਨੀਵੀਆਂ ਕਰਾਉਣੀਆਂ ਸੀ, ਕਿਉਂ ਕਾਫੀ ਸਾਰੇ ਨਾ ਕਮੈਂਟ ਆਇਆ ਸੀ ਬਈ ਤੁਸੀਂ ਨਾ ਨਾਲੀਆਂ ਨਾ ਨੀਵੀਆਂ ਕਰਾ ਲਓ। ਅਤੇ ਔਰ ਬਾਈ ਹੋਰ ਨੇ ਹੁਣ ਬੁਲਾਇਆ ਹੈਗਾ, ਅਤੇ ਔਰ ਇਹ ਨਾਲੀਆਂ ਨੀਵੀਆਂ ਹੋ ਜਾਵੇ ਕਿ ਥਾਵਾ ਹੀ ਆ ਜਾਵੇ, ਪਰ ਇਹ ਵੀ ਔਰ ਆਪਣਾ ਤਿਆਰ ਹੋ ਕੇ ਆਉਂਦੀ ਹੈਗੀ ਬੇਗਮ ਸਾਹਿਬ ਨੇ। ਚਲੋ ਅੱਛੀ ਬਾਤ ਹੈਗੀ, ਹਲੇ ਅੱਛੀ ਕੀਤੀ ਹੈ। ਹੈਗੀ ਨਾ ਨਾਲੀ ਕਿਹੜੀ ਨਾ ਬਾਈ ਨੇ ਫਿੱਟ ਕਰ ਲਈ ਹੈਗੀ, ਔਰ ਚੱਲ ਕੇ ਕਮਰੇ ਵਾਲੀ ਅੰਦਰਲੀ ਵੀ ਕਿਹੜੀ ਹੈਗੀ ਨਾ ਉਹ ਵੀ ਨਾ ਠੀਕ ਕਰਾਉਣੀ ਹੈਗੀ, ਅਤੇ ਔਰ ਕਾਫੀ ਸਾਰੇ ਨਾਲ ਨੀਵੀਂ ਹੋ ਜਾਵੇਗੀ ਹਵਾ ਥੱਲੇ ਆਵੇ। ਹਾਂਜੀ, ਅਤੇ ਮਾਸ਼ਾਅੱਲਾ ਕਿਹੜੇ ਹੈਗੇ ਨਾ, ਸਾਡਾ ਸਮਾਨ ਵੀ ਪਹੁੰਚਿਆ ਹੈਗਾ ਸਾਰਾ ਟੋਟਲੀ, ਔਰ ਬੇਗਮ ਸਾਹਿਬਾ ਖੁਸ਼ ਹੋ ਰਹੀ ਹੈਗੀ। ਟੈਂਕੀ ਵੀ ਆਪਣੀ ਹੈਗੀ ਅਤੇ ਵੇ ਸੀਮੈਂਟ ਆਪਣਾ ਹੈ, ਅਤੇ ਇਹ ਵਿੰਡੋ ਅਤੇ ਉਹ ਦੂਸਰੀ ਨਾ ਉਹ ਵਾਲੀਆਂ ਆਪਣੀਆਂ ਨਹੀਂ, ਇਹਨੂੰ ਨਾ ਖੁਸ਼ ਹੋ। ਅਜੀ ਆਪਾਂ ਕਮਰਾ ਪਰਲਾ ਪਾਇਆ ਨਾ, ਅਤੇ ਉਹਦੇ ਵਾਸਤੇ ਜ਼ਰੂਰਤਮੰਦ ਹੋਵੇ ਨੂੰ ਹੋਗਾ ਕਿ ਹੋਰ ਦਾ ਪਾਈ ਦਾ ਸਮਾਨ ਹੈਗਾ, ਅਤੇ ਇਹ ਲੋ ਫੜੋ ਮੈਂ ਨਾ ਚੁਕਾ ਕੇ ਨਾ ਰਖਾ ਲਵਾਂ। ਸੀਮੈਂਟ ਦੀਆਂ ਬੋਰੀਆਂ ਵੀ ਲੈਣ ਤੇ ਵਾਲੀ ਨਾ ਵਿੰਡੋ ਤਾਂ ਕਿਹੜੀਆਂ ਨਾ, ਆਪਾਂ ਨਾ ਇਹ ਵਾਲੀ ਨਹੀਂ ਵਿੰਡੋ ਲਵਾਉਣੀਆਂ, ਕਿਉਂਕਿ ਬਾਈ ਹੋਰ ਪਤਨ ਕਿੰਨੀਆਂ ਹੈਗੀਆਂ ਅੱਗੇ ਕਿਧਰੇ ਲੈ ਜਾਣੀ ਇਸ, ਔਰ ਇਹ ਵਾਲੀ ਨਾ
ਹੈ ਕਿ ਦੂਸਰੀ ਨਾ ਇਹਨੂੰ ਕੁਛ ਤਾਂ ਸੋਚਿਆ ਨਹੀਂ ਮਿਲੋ, ਇਹ ਹਲੇ ਵੀ ਹੈਗਾ ਬਾਈ ਦੀ ਹੈਗੀ, ਆਪਾਂ ਲਵਾਉਣੀ ਹੈਗੀ ਦਰਵਾਜ਼ੇ ਨੂੰ ਨਾ, ਅਤੇ ਉਹ ਇੱਧਰ ਕਮਰਾ ਜੀ ਬਣਾਇਆ ਤਾਂ ਆਪਾਂ ਟੈਂਕੀ ਦੇਖੋ। ਹਾਂਜੀ ਇਹ ਕਾਫੀ ਟੈਂਕੀ ਹੈਗੀ, ਇਹ ਇਹਨੂੰ ਮੈਂ ਪਸੰਦ ਕਰ ਰਿਹਾ ਸੀ, ਉਹ ਹਲੇ ਨਹੀਂ ਦਿੱਤੀ ਨੇ, ਇਹ ਨਵੀਂ ਪਿੱਛੇ ਹੋਰ ਆ ਗਈ ਹੈਗੀ, ਕਿਹੜੀ ਅੱਗੇ ਮੈਂ ਪਸੰਦ ਕਰ ਰਿਹਾ ਸੀ ਨਾ, ਉਹ ਹਲੇ ਵੀ ਅੱਛੀ ਹੈਗੀ, ਉਹ ਜ਼ਿਆਦਾ ਇਸ ਨਾਲ ਅੱਛੀ ਹੈਗੀ, ਇਹ ਬਲਕਿ ਉਹਦੇ ਨਾਲ ਜ਼ਿਆਦਾ ਬਾਈ ਕਹਿ ਰਿਹਾ ਸੀ ਅੱਛੀ ਹੈਗੀ, ਮੈਨੇ ਨਵੀਂ ਕਿਹੜੀ ਹੈਗੀ ਨਾ ਉਹ ਵਾਲੀ ਨਾ ਭੇਜੀ ਇਹਨੇ, ਲੇਕਿਨ ਬਿਲਕੁਲ ਹੀ ਨਾ ਨਿਊ ਹੈਗੀ। ਅੰਦਰ ਅੰਦਰ ਕਮਰੇ 'ਚ ਟੈਂਕ, ਚੱਲ ਅੰਦਰ ਚੱਲ ਕੇ ਦਿਖਾਵਾਂਗੇ ਜੀ, ਨਹੀਂ ਖੁੱਲਿਆ ਤੁਸੀਂ ਨਾ ਇਹ ਲਫੜੋ, ਮੈਂ ਸੀਮੈਂਟ ਚੁੱਕ ਲਵਾਂ ਅਤੇ ਪਾਈ। ਇੰਨਾ ਸਮਾਨ ਲੱਦਿਆ ਹੋਇਆ ਸੀ ਤੁਸੀਂ ਵੀ, ਮਗਰ ਵਜ਼ਨ ਸਾਰਾ ਕਾਫੀ ਭਾਰ ਹੈ। ਬਹੁਤ ਹੀ ਕਾਫੀ ਸਾਰੀ ਨਮਸਤ ਕੀ ਠੰਡੇ ਪੱਖੇ ਦੇ, ਮੈਂ ਚੱਕ ਲੈਣੀ ਸੀ ਤੁਸੀਂ ਰਹਿਣ ਦੇਣਾ ਸੀ, ਔਰ ਪਸੀਨੇ ਨਾ ਪਸੀਨੇ ਹੋ ਗਿਆ ਕਾਫੀ ਸਾਰਾ, ਸਫ਼ਰ ਬਣ ਜਾਂਦਾ ਹੈਗਾ ਉੱਥੋਂ ਨਾ ਫਿਰ ਲਿਆਉਣ ਵਾਸਤੇ ਕਿ ਨਹੀਂ। ਬੇਗਮ ਸਾਹਿਬਾ, ਬੇਗਮ ਸਾਹਿਬਾ ਬਹੁਤ ਜ਼ਿਆਦਾ ਖੁਸ਼ ਹੈਗੀ ਟੈਂਕੀ ਦੇ ਨਾ, ਬੜਾ ਹੀ ਨਵੇਂ ਹੀ ਬੜਾ ਖੁਸ਼ ਹੈਗਾ, ਉਹ ਟੈਂਕੀ ਅੰਦਰ ਲੈਣ ਫਿਰ ਬਾਈ ਬੈਣ ਦਿਖਾਉਂਦੇ। ਟੈਂਕੀ ਕਿਹੜੀ ਹੈਗੀ ਨਾ ਚੱਕ ਕੇ ਅੰਦਰ ਟੈਂਕੀ ਲੈ ਕੇ ਆ ਗਏ ਹਾਂ, ਅਤੇ ਔਰ ਕਿਹੜਾ ਹੈਗਾ ਨਾ ਸੀਮਿੰਟ ਵਗੈਰਾ ਕਿਹੜਾ ਹੈਗਾ ਨਾ ਉਹ ਵੀ ਅੰਦਰ ਬੇਗਮ ਸਾਹਿਬਾ ਸ਼ੋਪ 'ਤੇ ਹੈਗੀ, ਸੀਮਿੰਟ ਵੀ ਕਿਹੜਾ ਹੈਗਾ ਨਾ ਚੱਕ ਕੇ ਇੱਥੇ ਰੱਖ ਲਿਆ ਸੀ ਸਾਰਾ, ਤਕਰੀਬਨ 3 ਇਹ ਵਾਲੀਆਂ ਹੁਣ ਲੈਂਦੀਆਂ ਬੋਰੀਆਂ, ਅਤੇ 3 ਕਿਹੜੀਆਂ ਹੈਗੀਆਂ ਅਗਲੀਆਂ ਪਈਆਂ 3, ਅਤੇ ਇੱਥੇ ਤਕਰੀਬਨ ਅੱਧੀ ਕੁ ਨਾ ਅੱਗੇ ਵੀ ਪੀਸ ਸਾਢੇ 3 ਇੱਕ ਤਕਰੀਬਨ ਇਹਦੇ ਨਾਲ ਉਮੀਦ ਹੈਗਾ। ਮਿਸਤਰੀ ਬਾਈ ਨੇ ਕਿਹੜਾ ਹੈਗਾ ਨਾ ਚਾਚੂ ਜੀ ਨੇ ਦੱਸਿਆ ਸੀ ਵੀ ਨਾ ਇਹ ਹੈ ਨਾ ਕਿਹੜਾ ਨਾ ਇਹਨਾਂ ਨਾਲ ਮੁਕੰਮਲ ਹੋ ਜਾਵੇਗਾ ਇਨਸ਼ਾਅੱਲਾ ਤਾਲਾ, ਕਿਉਂਕਿ ਕਿਹੜੀਆਂ ਉਹਦੇ 'ਚ ਪਈਆਂ ਨਾ ਤਕਰੀਬਨ 1.5 ਜਾਂ 2 ਬੋਰੀਆਂ ਨਾ ਇੱਦਾਂ ਲੱਗਣਗੀਆਂ, ਕਿਉਂਕਿ ਉਹਨੇ ਥੋੜ੍ਹਾ ਜਿਹਾ ਇਹ ਵਾਲੀਆਂ ਨਾ ਬਣਾਉਣੀਆਂ ਚੁਕਾਠਾਂ ਵਗੈਰਾ ਹੀ ਕਾਫੀ ਇੱਥੇ ਲੱਗਣਾ ਹੈਗਾ। ਦੂਸਰਾ ਸੀਮੈਂਟ ਦੀਆਂ ਬੋਰੀਆਂ ਕਿਹੜੀਆਂ ਹੈਗੀਆਂ ਨਾ ਇਹਨਾਂ ਵਾਸਤੇ ਮੈਂ ਸ਼ਾਮ ਟਾਈਮ ਨਾਲ ਚੰਗੀ ਵਾਂਗੂ ਨਾ ਤਾਰ ਕਰ ਦੇਵਾਂਗਾ ਅੱਛੀ ਵਾਂਗੂ, ਔਰ ਬਾਈ ਹੋਰੀ ਵੀ ਆਪਣਾ ਪੰਖਾ ਇਹ ਵੀ ਨਾ ਨਾਲ ਹੀ ਕਿਹੜੀ ਹੈਗੀ ਨਾ ਫਿੱਟ ਕੀਤੀ ਖੋਤੇ ਹੈਗੇ, ਬਸ ਤਕਰੀਬਨ ਨਾ ਉੱਤੇ ਹੁਣ ਨਾ ਲਾਹਣ ਵਾਲਾ ਰਹਿ ਗਿਆ ਹੈਗਾ, ਉੱਤੇ ਹੁਣ ਨਾ ਥੱਲੇ ਹਵਾ ਕਾਫੀ ਸਾਰੀ ਨਾ ਸਪੀਡ ਨਾਲ ਆਵੇਗੀ, ਕਿਉਂਕਿ ਨਾ ਕਿਹੜੀ ਅੱਗੇ ਹਵਾ ਲੱਗਦੀ ਨਹੀਂ ਸੀ ਉੱਤੇ ਕਮਰੇ, ਕਿਉਂਕਿ ਉੱਚੇ ਹੋ ਗਏ ਸੀ ਤਾਂ ਕਰਕੇ ਨਾ ਕਾਫੀ ਸਾਰੇ ਨਾ ਬਾਈਆਂ ਭੈਣਾਂ ਦੇ ਨਾ ਕਮੈਂਟ ਆਏ ਸੀ ਬਾਈ ਨਾ ਤੁਸੀਂ 70 ਰੁਪਏ ਵਾਲੀਆਂ ਨਾ ਨਾਲੀਆਂ ਤੁਸੀਂ ਰਖਾ ਲਓ ਉੱਚੀਆਂ। ਇਸ ਬਾਈ ਨੂੰ ਮੈਂ ਕਿਹਾ ਕਾਫੀ ਦਿਨਾਂ ਦਾ ਹੈਗਾ ਸੀ, ਫਿਰ ਅੱਜ ਜੁੰਮੇ ਵਾਲੇ ਦਿਨ ਨਾ ਇਹ ਆਪਣੀ ਵੀ ਇਹਦੀ ਸ਼ੋਪ ਹੈਗੀ ਉੱਥੇ ਨਾ ਫਿਰ ਤਾਂ ਕਰਕੇ ਛੁੱਟੀ ਕਰਕੇ ਆਇਆ ਹੈਗਾ, ਅਤੇ ਹੁਣ ਇਹ ਲੱਗਦਾ ਇਹ ਵੀ ਕੰਮ ਹੋ ਗਿਆ ਹੈਗਾ, ਤਾਂ ਉਹ ਵਾਲਾ ਤਾਂ ਸਭ ਤੋਂ ਵੱਡਾ ਕੰਮ ਕਿਹੜਾ ਮੇਨ ਹੈਗਾ ਨਾ ਉਹ ਵਾਲਾ ਹੋ ਗਿਆ ਹੈਗਾ। ਹਾਂਜੀ, ਅਤੇ ਅਸਾਂ ਇਟਲਾ ਪੱਖਾ ਨਾ ਲਾ ਲਿਆ ਹੈਗਾ, ਔਰ ਬਾਈ ਹੋਰੀ ਨਾ ਸੋਲਰ ਪਲੇਟ 'ਤੇ ਨਾ ਠੀਕ ਕਰਨ ਵਾਸਤੇ ਉੱਤੇ ਪਹੁੰਚਿਆ ਹੈਗਾ ਛੱਤ ਉੱਤੇ ਆਪਣੀ 'ਤੇ ਆ ਗਿਆ, ਔਰ ਕਰੇਨ ਕਿਹੜੀ ਹੈਗੀ ਨਾ ਉਹ ਵੀ ਨਾ ਗਵਾਂਢ ਹੀ ਲੱਗੀ ਹੋਈ ਸੀ ਇੱਥੇ ਨਾ ਮਿੱਟੀ ਵਗੈਰਾ ਨਾ ਹਾਂ, ਔਰ ਮੌਸਮ ਵਗੈਰਾ ਵੀ ਨਾ ਕਾਫੀ ਸਾਰਾ ਨਾ ਪੱਤਾ ਲੱਗਾ ਕਾਫੀ ਗਮੁਸ ਨਾ ਬਣੀ ਖੋਤੀ, ਐਵੇਂ ਨਾ ਬੰਦਾ ਖੜਾ ਖੜਾ ਹੀ ਨਾ ਪਸੀਨੇ ਪਸੀਨੇ ਹੋਇਆ ਜਾਂਦਾ ਹੈਗਾ, ਅਤੇ ਔਰ ਨਾਲ ਹੀ ਨਾ ਬਾਈ ਹੋਰਾਂ ਨੇ ਤਾਂ ਆਪਣੀ ਮੱਟੀ ਵਗੈਰਾ ਇੱਥੋਂ ਚੁਕਾ ਲਈ, ਆਪਣੀ ਜ਼ਮੀਨ 'ਚੋਂ ਜ਼ਿਮੀਂਦਾਰ ਹੈਗੇ ਨਾ ਐਲੀ ਟੋਟਲ ਕਿਹੜੀ ਨਾਲ ਉਸਤਾਦ ਆਵੇ ਲੱਗੇ ਹੋਏ ਹੋ, ਉਸਤਾਦ ਆਵੇ ਦੀ ਨਾ ਵਾਸ਼ਰੂਮ ਕਿਹੜਾ ਹੈਗਾ ਹੈਂ। ਹਾਂਜੀ ਮਾਸ਼ਾ ਅੱਲਾ ਮਾਸ਼ਾ ਅੱਲਾ,
ਔਰ ਨਾਲ ਕਰੇਨਾ ਵਗੈਰਾ ਨਾਲ ਨਜ਼ਦੀਕ ਮਿੱਟੀ ਨਾ ਪਵਾ ਰਹੇ ਹੈਗੇ ਭਾਈ ਹੋਰੀ। ਪੱਖੇ ਦੀ ਨਾ ਤਾਰ ਉੱਤੋਂ ਨਵਾਏ ਨੇ। ਹਾਂਜੀ ਚੱਲ ਗਿਆ ਹੈਗਾ, ਹਾਂਜੀ ਚੱਲ ਗਿਆ ਹੈਗਾ। ਸੋਲਰ ਪਲੇਟ 'ਤੇ ਨਾ ਪਹਿਲਾਂ ਚਲਾਇਆ ਹੈਗਾ ਕਿਉਂਕਿ ਨਾ ਬੱਤੀ ਚਲੀ ਗਈ ਗੀ, ਬੱਤੀ ਸਾਡੇ ਕੋਲ ਹੁਣ ਦੂਸਰਾ ਆਵੇਗੀ ਘੰਟੇ ਡੇਢ ਬਾਅਦ। ਸੋਲਰ ਪਲੇਟ 'ਤੇ ਮਾਸ਼ਾਅੱਲਾ ਚੱਲ ਰਿਹਾ ਹੈਗਾ ਕਿਉਂਕਿ ਨਾ ਉੱਤੋਂ ਥੋੜ੍ਹਾ ਬਾਈ ਨੇ ਸੈੱਟ ਕੀਤਾ ਪਹਿਲੇ ਜਾ ਕੇ। ਹਾਂ 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 ਹੁਣ ਇੱਥੇ ਨਾ ਕਾਫੀ ਸਾਰੀ ਨਾ ਹਵਾ ਜੋ ਥੱਲੇ ਆ ਰਹੀ ਤੁਸੀਂ ਵੇਖ ਰਹੋਗੇ, ਹਵਾ ਵਾਲ ਨਾ ਉੱਡ ਰਹੇ ਹੈਗੇ ਇੱਥੇ ਜੀ। ਉੱਤੇ ਨਾ ਜੜ ਬਣਿਆ ਹੋਇਆ ਹੈਗਾ ਤਾਂ ਕਰਕੇ ਨਾ ਹਵਾ ਥੋੜ੍ਹੀ ਜਿਹੀ, ਪੱਖਾ ਨਾ ਫੁੱਲ ਸਪੀਡ, ਨਹੀਂ ਤਾਂ ਫੁੱਲ ਸਪੀਡ ਚੱਲਦਾ ਹੈਗਾ, ਫੁੱਲ ਹਾਈ ਲੈਵਲ 'ਚ। ਔਰ ਹੁਣ ਬਾਈ ਨੂੰ ਥੱਲੇ ਲਾ ਲੈਂਦੇ। ਹਾਂਜੀ ਅਤੇ ਮਿਸਤਰੀ ਬਾਈ ਨੂੰ ਵੀ ਜਾ ਕੇ ਮੈਂ ਛੱਡ ਦਿੱਤਾ ਸੀ, ਔਰ ਪੱਖਾ ਕਿਹੜਾ ਹੈਗਾ ਨਾ ਪੱਖੇ ਤੋਂ ਵੀ ਲਵਾ ਲਏ ਗਏ, ਔਰ ਦੂਸਰਾ ਕੰਮ ਹੀ ਹੋ ਗਿਆ, ਸਿਰਫ ਰਹਿ ਗਿਆ ਸੀ ਮਿੱਟੀ ਕੁੱਟਣੀ ਨਾ, ਕਿਉਂਕਿ ਇਹਨਾਂ ਤਕਰੀਬਨ ਸ਼ਾਮ ਟਾਈਮ ਨੂੰ ਨਾ ਜਾਂ ਪਿਛਲੇ ਟਾਈਮ ਕੋਲ ਨਾ ਇਹਨੂੰ ਨਾ ਗੋ ਲਵਾਂਗੇ, ਤੰਦੂਰਾਂ ਦੀ ਸਫਾਈ ਵਗੈਰਾ ਹੁਣ ਰਹਿ ਗਈ ਉਹ ਵਾਲੀ ਕਰਨਾ। ਬਸ ਇਹਦੇ ਵਿੱਚ ਨਾ ਹੱਥ ਮਾਰ ਰਿਹਾ ਵੀ ਇਹ ਬਿਲਕੁਲ ਨਾ ਗਰ ਜਾਵੇਗੀ, ਕਿਉਂਕਿ ਰੋੜੇ ਕਿਹੜੇ ਹੈਗੇ ਇਹਨੂੰ ਬਾਹਰ ਕੱਢ ਰਿਹਾ, ਕੋਈ ਵਿੱਚ ਹੱਥੀ ਆਉਂਦਾ ਇਹਨੂੰ ਨਾ ਹੋਰ ਲਾ ਦੇ, ਇਹਨੂੰ ਨਾ ਤਕਰੀਬਨ ਇਹ ਰੋੜੇ ਕਿਹੜੇ ਨਾ ਵਿਗਲ ਜਾਵਣਗੇ, ਫਿਰ ਇਹਨੂੰ ਗੋ ਕੇ ਨਾ ਅਤੇ ਤੰਦੂਰ ਕਿਹੜੇ ਹੈਗੇ ਨੇ ਲਿਪਾਈ ਕਰ ਲਵਾਂਗੇ। ਸਾਰੇ ਕੁੱਟ ਕੇ ਨਾ ਚੱਪੀ ਹੋ ਲਈਗੀ, ਔਰ ਬੇਗਮ ਸਾਹਿਬ ਸ਼ੋਪ ਤੇ ਬੈਠੀ ਹੋਏਗੀ। ਹਾਂਜੀ ਤੇ ਮੈਂ ਆਖਿਆ ਚੱਲ ਜਿਹੜਾ ਨਾ ਮੁੜ ਕੇ, ਮੈਨੂੰ ਤਾਂ ਧੁੱਪ ਬੜੀ ਤੇਜ਼ ਤੋ ਨਿਕਲੀ ਖਲੀ, ਤੁਸੀਂ ਬਸ ਕਰੋ ਚ ਜਿਹੜਾ ਨਾ ਠੱਡ ਕੇ ਹੋਇਆ, ਆਪਾਂ ਸਾਰਾ ਰਲ ਕੇ ਕਰ ਲਵਾਂਗੇ। ਠੰਡਾ ਠੰਡਾ ਮੌਸਮ ਹੈ, ਚੱਲਣਾ ਕਿਹੜਾ ਹੈਗਾ ਨਾ ਖਾ ਲੈਣਾ ਜੀ, ਤਰੇ ਜੀ ਬਹਿ ਗਿਆ ਸੋ ਫੇਰ ਨਹੀਂ ਕੰਮ ਹੋਣਾ। ਐਨ ਸੇਕ ਜੇ ਕਾਫੀ ਬਣਿਆ ਖਲਾ, ਸੇਕ ਆ ਫੇਰ ਨਾ ਗਮੋਸ ਹੈਗੀ ਨਾ ਇਹਦੇ ਵਿੱਚ ਨਾ ਗਮੋਸ ਦੀ ਦੇ। ਹਾਂਜੀ ਕੋਈ ਨਹੀਂ, ਥੋੜ੍ਹਾ ਜਿਹਾ ਚਿਰ ਨਾ ਇਤਰਾ ਕੁੰਦਾ ਵਿੱਚ ਸਾਈ ਕੱਢ ਲਵਾਂਗਾ ਥੋੜ੍ਹਾ ਟਾਈਮ। ਔਰ ਹੁਣ ਨਾ ਕਿਉਂਕਿ ਨਾ ਜਾ ਬਹਿ ਗਿਆ ਤਾਂ ਫਿਰ ਨਹੀਂ ਦਿਲ ਕਰਨਾ ਕੰਮ ਕਰਨ ਦਾ। ਹਾਂਜੀ ਬਸ ਆਖਰੀ ਇੱਕ ਦੋ ਥੋੜ੍ਹੇ ਰਹਿ ਗਏ, ਉਹ ਵਾਲਾ ਸਾਫ਼ ਕਰਨਾ ਸੀ ਘਿਓ ਆ ਗਏ, ਇਹਨਾਂ ਵਿੱਚ ਥੋੜ੍ਹੀ ਜਿਹੀ ਮਿੱਟੀ ਕਿਹੜੀ ਨਾ ਲਗਾਉਣੀ, ਇੱਕ ਤਾਂ ਨਾ ਕੀੜੀਆਂ ਕਾਫੀ ਸਾਰੀਆਂ ਇੱਥੇ ਨਾ ਚੱਲ। ਹਾਂਜੀ ਕੀੜੀਆਂ ਕਾਫੀ ਤੰਗ ਕਰ ਰਹੀਆਂ, ਔਰ ਬਸ ਥੋੜ੍ਹਾ ਜਿਹਾ ਟਾਈਮ ਆ ਵਾਲੇ ਮੈਂ ਗਿਲਾਸ ਕਚਰਾ ਸਹਿ ਕੇ ਨਾ ਵਿੱਚ ਫੇਰ ਕੇ ਰਹਿਣਾ, ਦੂਸਰਾ ਸਾਰੇ ਨਸਪੇਟ ਲੈ। ਹਾਂਜੀ ਹਾਂਜੀ ਤੀਕਰੀ ਪਾਸ ਕਰ ਦਿਓ, ਇੰਨੀਆਂ ਕੀੜੀਆਂ ਉੱਤੇ ਚਿੜੀਆਂ ਖਲੀਆਂ ਤੇ ਇਹਨਾਂ ਨੇਕਰੀ ਲਾ ਲਓ, ਮੈਂ ਤਾਂ ਕਹਿੰਦੀ ਤੁਸੀਂ ਜਾ ਕੇ ਨਾ ਲਵੋ। ਕਾਫੀ ਸਾਰਾ ਸਪੈਸ਼ਲ ਸਫਾਈ ਵਗੈਰਾ ਕਿਹੜੇ ਹੈਗੇ ਨਾ ਟੋਟਲ ਹੀ ਕਰ ਲਈ ਹੈਗੀ ਸਾਰੀ, ਝਾੜੂ ਵਗੈਰਾ ਲਗਾ ਤਾ ਔਰ ਵਿੱਚੋਂ ਨਾ ਸਾਫ਼ ਕਰ ਲੈਣਾ, ਔਰ ਇੱਥੇ ਨਾ ਮਿੱਟੀ ਵਗੈਰਾ ਲਗਾਉਣੀ ਪੈਣੀ ਕਿਉਂਕਿ ਉਹਨਾਂ ਪਾਣੀ ਦੀ ਵਜ੍ਹਾ ਨਾਲ ਨਾ ਖਰਾਬ ਹੋ ਗਏ ਹੈਗੇ, ਅਤੇ ਔਰ ਮਾਸ਼ਾਅੱਲਾ ਬੱਦਲ ਵਗੈਰਾ ਵੀ ਕਾਫੀ ਸਾਰਾ।
ਬਣਿਆ ਸਰ ਤੂੰ ਨਾ ਬੜਾ ਹੀ ਨਾ ਬੱਦਲ ਬਣਿਆ ਹੁੰਦਾ ਹੈਗਾ। ਬਾਰਿਸ਼ ਦੇ ਨਾ ਅਚਾਨਕ ਹੈਗੇ, ਅੱਲਾ ਕਰੇ ਬਾਰਿਸ਼ ਆ ਜਾਵੇ। ਕਾਫੀ ਸਾਲਾਂ ਨਾਲ ਬੱਦਲ ਹੈਗਾ ਸਾਈਡ ਤੋਂ ਨਾ, ਹਲਕੀਆਂ ਹਲਕੀਆਂ ਨਾ ਉਹਨਾਂ ਕੰਨੀਆਂ ਪੈ ਰਹੀਆਂ ਹੈਗੀਆਂ, ਬਿਲਕੁਲ ਹੀ ਨਾ ਹਲਕੀਆਂ ਹਲਕੀਆਂ ਦੇਖੋ, ਛੋਟੀਆਂ ਛੋਟੀਆਂ ਨਾ ਕਿਵੇਂ ਫੁਹਾਰ ਹੈਗੀ ਨਾ ਉਹ ਵਾਲੀਆਂ ਨਾ ਪੈ ਰਹੀਆਂ ਹੈਗੀਆਂ। ਜ਼ਿਆਦਾ ਤੇਜ਼ ਨਹੀਂ ਹੈਗੀ ਬਾਰਿਸ਼, ਅੱਲਾ ਕਰੇਗੀ ਬਾਰਿਸ਼ ਪਹੁੰਚ ਆਵੇਗੀ। ਮਾਸ਼ਾਅੱਲਾ ਬਾਰਿਸ਼ ਸਾਡੇ ਕੋਲ ਹੋਣ ਸ਼ੁਰੂ ਹੋ ਗਈ ਹੈਗੀ, ਸ਼ੁਕਰ ਅਲਹਮਦੁਲਿਲਾ। ਕਾਫੀ ਇੰਤਜ਼ਾਰ ਕਾਫੀ ਦਿਨ ਕੀਤਾ ਹੈਗਾ, ਆਖਿਰਕਾਰ ਬਾਰਿਸ਼ ਆ ਹੀ ਗਈ ਹੈਗੀ, ਸ਼ੁਕਰ ਹੈ ਅੱਲਾ ਦੀ ਜ਼ਾਤ ਦਾ। ਔਰ ਬਾਈ ਉਹਦੀ ਪੱਲੀ ਕਰਕੇ ਉੱਤੇ ਜਾ ਰਹੇ ਹੈਗੇ, ਮੱਝਾਂ ਵਾਲੀ ਪੱਲੀ ਨਾ ਕਿਧਰੇ ਜਾ ਰਹੇ ਸੀ, ਕਿਉਂਕਿ ਨਾ ਇੱਥੇ ਸਾਡੇ ਕੋਲ ਇਹੀ ਹੈਗੀਆਂ ਕਿਹੜੀਆਂ ਉਹ ਛੱਤਰੀਆਂ ਸਿਰ 'ਤੇ ਲੈ ਕੇ ਜਾਂਦੇ ਹਾਂ, ਸਾਡੇ ਕੋਲ ਫੈਸ਼ਨ ਹੈਗਾ। ਬਾਈ ਨੇ ਕਿਹੜੀ ਲਾਹ ਦਿੱਤੀ ਹੈਗੀ, ਬਾਰਿਸ਼ ਮਾਸ਼ਾਅੱਲਾ ਕਾਫੀ ਸਾਰੀ ਨਾ ਹੋ ਰਹੀ ਗੀ, ਸ਼ੁਕਰ ਅਲਹਮਦੁਲਿਲਾ। ਬੜਾ ਠੰਡਾ ਠੰਡਾ ਪਿਆਰਾ ਪਿਆਰਾ ਮਾਸ਼ਾਅੱਲਾ ਮੌਸਮ ਬਣ ਗਿਆ ਹੈਗਾ, ਬੜਾ ਹੀ ਪਿਆਰਾ ਪਿਆਰਾ। ਬਾਰਿਸ਼ ਕਾਫੀ ਸਾਰੀ ਮਾਸ਼ਾਅੱਲਾ ਹੋ ਰਹੀ ਹੈਗੀ, ਠੰਡਾ ਠੰਡਾ ਬੜਾ ਪਿਆਰਾ। ਬਾਰਿਸ਼ ਕਿਹੜੀ ਹੈਗੀ ਨਾ ਰੋਕੀ ਹੈਗੀ ਮਾਸ਼ਾਅੱਲਾ, ਔਰ ਕਿਹੜਾ ਹੈਗਾ ਨਾ ਪਾਣੀ ਦੇ ਨਿਕਾਲੀ ਨਾ ਬਾਹਰ ਹੋ ਰਹੀ ਹੈਗੀ ਹੁਣ ਨਾ, ਔਰ ਸਾਰਾ ਨਾ ਹਰੇ ਹਰੇ ਨਾ ਹੋ ਗਈ ਹੈਗੀ ਤਾਂ ਸਾਰੇ ਗੁਟੀ ਕੇ, ਔਰ ਚੱਲਦੇ ਹਾਂ ਚੱਲ ਕੇ ਉਹਨਾਂ ਕਰੇ। ਔਰ ਬੇਗਮ ਸਾਹਿਬਾ ਕਿਹੜੀ ਹੈਗੀ ਨਾ ਕੀ ਕਰਦੀ ਹੈਗੀ, ਅੱਲਾ ਕਰੇ ਪਾਣੀ ਕਿਧਰੇ ਨਾ ਪਿਆ ਹੋਵੇ, ਇਹ ਖਤਰਾ ਰਹਿੰਦਾ ਹੈਗਾ ਸਾਰਾ ਨਾ, ਕਿਉਂਕਿ ਮੈਂ ਤੰਦਰ ਆਇਆ ਹੀ ਨਹੀਂ। ਇਹ ਵੇਖੋ ਮਾਸ਼ਾਅੱਲਾ, ਇਹ ਅੱਲਾ ਤਾਂ ਹੁਣ ਨਾ ਕੰਮ ਬੜਾ ਹੀ ਸਵਾਦੀ ਬਣ ਗਿਆ ਹੈਗਾ, ਕਿਉਂਕਿ ਨਾ ਪਲਸਤਰ ਵਗੈਰਾ ਥੋੜ੍ਹਾ ਜਿਹਾ ਇੱਥੇ ਕਰ ਦਿੱਤਾ ਸੀ, ਕਿਹੜੀ ਇਹ ਪਈ ਸੀ ਨਾ ਮਿੱਟੀ ਵਗੈਰਾ ਉਹ ਵਾਲੀ। ਇਹ ਅੱਲਾ ਬੇਗਮ ਸਾਹਿਬਾ ਸੁਣਾਓ ਕੀ ਕਰ ਰਹੇ ਹੋ, ਠੀਕ ਨਹੀਂ ਹੋ? ਹਾਂਜੀ ਹਾਂ, ਯਾਰਵੀਂ ਸ਼ਰੀਫ ਹੈਗੀ ਸੀ, ਹਾਂਜੀ ਵੰਡਨੇ ਹਾਂ ਜੀ ਬਿਲਕੁਲ ਇਨਸ਼ਾਅੱਲਾ ਤਾਂ। ਹਾਂਜੀ ਨਹੀਂ ਨਹੀਂ ਯਾਰਵੀਂ ਮੈਨੂੰ ਪਤਾ ਸੀ, ਯਾਰਵੀਂ ਸ਼ਰੀਫ ਹੈਗੀ ਤਾਂ ਆਪਾਂ ਸ਼ਾਇਦ ਸ਼ਾਮ ਵੰਡਨੇ ਹਾਂ ਚੱਲ ਕੇ ਉਹਨੂੰ ਸ਼ਾਮ ਟਾਈਮ ਨਾ। ਹਾਂਜੀ ਅਤੇ ਔਰ ਕਿਹੜਾ ਹੈਗਾ ਨਾ ਸ਼ੁਕਰ ਅੱਲਾ ਦਾ, ਕਿਹੜਾ ਨਾ ਹੁਣ ਪਾਣੀ ਇਸ ਕੀ ਨਾ ਕਿਧਰੇ ਨਹੀਂ ਪਿਆ ਹੈਗਾ। ਹਾਂਜੀ ਹਾਂਜੀ ਇਹ ਅੱਲਾ ਥੋੜ੍ਹਾ ਜਿਹਾ ਮੈਨੂੰ ਇੱਥੇ ਸੁਰਾਖ ਹੋ ਗਏ, ਇਹਨੂੰ ਨਾ ਥੋੜ੍ਹਾ ਜਿਹਾ ਦਬਾਨੇ ਆ, ਕੱਲ੍ਹ ਵੀ ਦਬਾਇਆ ਸੀ। ਹਾਂ ਇਹ ਵੀ ਹੋ ਸਕਦਾ, ਬਲਕਿ ਇੱਦੇ ਤਾਂ ਨਹੀਂ ਪਾਣੀ ਕਿਧਰੇ ਗਿਆ, ਪਰ ਇਹਨੂੰ ਨਾ ਹੁਣ ਕੋਈ ਪਲਸਤਰ ਵਗੈਰਾ ਦਾ ਕੋਈ ਸਿਸਟਮ ਲਾਉਂਦੇ ਹਾਂ ਥੱਲੇ ਫਰਸ਼ ਨੂੰ ਵੀ। ਹਾਂਜੀ ਬਿਲਕੁਲ ਬਿਲਕੁਲ, ਔਰ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਉਸ ਅੱਲਾ ਪਾਕ ਦੇ ਨੇਕ ਬੰਦੇ ਦਾ ਜਿਹੜੇ ਸਾਡੇ ਵਾਸਤੇ। ਹਾਂਜੀ 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 ਨਲਕੇ ਦੁਬਾਰਾ ਇਹਦੇ ਨੇ ਫਿਰ ਇੱਕ ਵਾਰੀ ਮੋਟਰ ਬਾਰ ਦਿੱਤੀ ਨਾ, ਹੁਣ ਮੈਂ ਰਾਤ ਨੂੰ ਸ਼ਾਇਦ ਬਾਰ ਵੀ ਦੇਵਾਂ, ਕਿਉਂਕਿ ਸੁਬਹ ਮਿਸਤਰੀ ਬਾਈ ਨੇ ਬਿਜਲੀ ਹੋਵੇਗੀ ਨਾ ਹੋਵੇਗੀ ਅਤੇ ਰੱਖ ਦੇਵਾਂਗਾ। ਔਰ ਸਾਡੀ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਜ਼ਰੂਰ ਕਰਨਾ ਹੈਗਾ, ਅਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਅੱਲਾ ਪਾਕ ਦੇ ਨੇਕ ਬੰਦਿਆਂ ਦਾ, ਜਿਹੜੇ ਅੱਲਾ ਪਾਕ ਦੀ ਤਰੇ ਪਿਆਰੇ ਨੇਕ ਬੰਦੇ ਸਾਡੀ ਮਾਸ਼ਾਅੱਲਾ ਘਰ ਵਾਸਤੇ ਬਹੁਤ ਸਾਰੀ ਹੈਲਪ ਕੀਤੀ ਨੇ, ਬਹੁਤ ਸਾਰੇ ਸਾਡੇ ਵਾਸਤੇ ਮਾਸ਼ਾਅੱਲਾ ਗਿਫਟ ਲੈ ਕੇ ਭੇਜੇ, ਅੱਲਾ ਸੋਹਣਾ ਉਹਨਾਂ ਦੀ ਜ਼ਿੰਦਗੀ ਕਰੇ। ਹਾਂਜੀ ਹਾਂਜੀ ਤੇ ਹਾਂਜੀ ਇਨਸ਼ਾਅੱਲਾ ਤਾਲਾ ਆਸਤਾ ਆਸਤਾ ਇੱਕ ਹੈ ਬੇਗਮ ਸਾਹਿਬਾ ਦੀ ਪਰੇਸ਼ਾਨੀ ਰਹਿ ਗਈ ਦਰਵਾਜ਼ੇ ਦੀ, ਅਤੇ ਕਿਹੜੀ ਹੈ ਅਲੀ ਨਾ ਮੁਕੰਮਲ ਹੋ ਜਾਵੇਗੀ ਇਨਸ਼ਾਅੱਲਾ ਤਾਲਾ। ਅਤੇ ਔਰ ਵਿਲੋਗੇ ਚੀ ਅੱਜ ਦੇ ਭਾਈਆਂ ਭੈਣਾਂ ਕੋਈ ਇੱਥੇ ਲੈ ਰਹੇ ਹਾਂ ਇਜਾਜ਼ਤਾਂ, ਅੱਲਾ ਨਿਗੇਬਾਨ। ਸਾਡੀ ਵੀਡੀਓ ਅੱਛੀ ਲੱਗੇ ਲਾਈਕ ਕਮੈਂਟ ਜ਼ਰੂਰ ਕਰਨਾ ਹੈਗਾ।